लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। अज असी राजपाल जी नूं मिले आ जिहड़ा एक बहुत इंसानियत का कतल होया वा। एक गरीब परिवार अदालतों में धक्के खाते 18 साल कल सुखबीर सिंह बादल मगरमच्छ के हंजू वहा के गए ने, झूठ बोल के गए ने। आ सारे तत् बोलते ने कि उन्हां दी सरकार दे दौरान यह सारा पार्डन का केस मूव होया और सरकार छड्डन तो पहला प्रकाश सिंह बादल दी 8 मार्च 2017 ਨੂੰ ਇਹ ਸਾਰਾ ਮਸੌਦਾ ਗਵਰਨਰ ਪੰਜਾਬ ਦੇ ਕੋਲ ਪਹੁੰਚ ਗਿਆ। ਤਿੰਨ ਤਿੰਨ ਦਹਾਕਿਆਂ ਦੇ ਜੇਲ੍ਹਾਂ ਵਿੱਚ ਸੜ ਰਹੇ ਨੇ ਗੁਰਦੀਪ ਸਿੰਘ ਖਹਿਰਾ ਵਰਗੇ, ਲਾਲ ਸਿੰਘ ਵਰਗੇ, ਦਵਿੰਦਰਪਾਲ ਸਿੰਘ ਭੁੱਲਰ ਵਰਗੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਉਹਨਾਂ ਲਈ ਕੋਈ ਰਹਿਮ ਨਹੀਂ ਹੈ ਇਸ ਦੇਸ਼ ਦੇ ਵਿੱਚ। ਗਵਰਨਰ ਸਾਹਿਬ ਕੋਲ ਆਰਟੀਕਲ 161 ਆਫ ਦ ਕਨਸਟੀਟਿਊਸ਼ਨ ਤਹਿਤ ਪਟੀਸ਼ਨ ਦਿਆ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੇ ਵਰਗੇ ਇੱਥੇ ਬੈਠੇ ਨੇ ਪੋਲੀਟੀਕਲ ਰਜਵਾੜੇ ਲੋਕ ਇਹਨਾਂ ਬਦਮਾਸ਼ਾਂ ਨੂੰ ਸਜ਼ਾ ਮਾਫ਼ ਕਰ ਦਿਆ ਕਰਨਗੇ। ਹਰਜੀਤ ਸਿੰਘ ਫੇਕ ਐਨਕਾਊਂਟਰ ਮਾਮਲੇ ਨੂੰ ਲੈ ਕੇ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਪਾਲ ਕੋਲ ਪਹੁੰਚ ਕਰ ਰਹੀਆਂ ਨੇ, ਜੋ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਦੀ ਸਜ਼ਾ ਮਾਫ਼ ਕੀਤੀ ਗਈ ਹੈ। ਉਸ ਫੈਸਲੇ ਨੂੰ ਵਾਪਸ ਲੈਂਦੇ ਹੋਏ ਸਜ਼ਾ ਮਾਫ਼ੀ ਨੂੰ ਰੱਦ ਕੀਤਾ ਜਾਵੇ। ਹੁਣ ਇਸ ਮੁੱਦੇ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਬੀਬੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਅੱਜ ਅਸੀਂ ਰਾਜਪਾਲ ਜੀ ਨੂੰ ਮਿਲੇ ਹਾਂ ਜਿਹੜਾ ਇੱਕ ਬਹੁਤ ਇਨਸਾਨੀਅਤ ਦਾ ਕਤਲ ਹੋਇਆ ਵਾ ਔਰ ਸੰਵਿਧਾਨ ਦਾ ਤਾਂ ਕਤਲ ਹੋਇਆ ਹੋਇਆ ਵਾ। ਪੰਜਾਬ ਦੀ ਮੌਜੂਦਾ ਸਰਕਾਰ ਤੋਂ ਅਤੇ ਮਗਰਲੀ ਬਾਦਲ ਸਰਕਾਰ ਨੇ ਜੋ ਹਰਜੀਤ ਸਿੰਘ ਇਹਨਾਂ ਦਾ ਸਪੁੱਤਰ 22-23 ਸਾਲ ਦਾ ਇੱਕ ਦਲਿਤ ਸਿੱਖ ਨੌਜਵਾਨ ਜਿਸ ਨੂੰ 3 ਯੂਪੀ ਦੇ ਪੁਲਿਸ ਦੇ ਬਦਮਾਸ਼ਾਂ ਨੇ ਚੱਕਿਆ ਪਹਿਲਾਂ, ਅਤੇ ਨਾਲ ਇੱਕ ਪੰਜਾਬ ਪੁਲਿਸ ਦੇ ਅਫਸਰ ਨੂੰ ਰਲਾ ਕੇ ਯੂਪੀ ਵਿੱਚ ਜਾ ਕੇ 1993 ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ। 26 ਸਾਲ ਇਹ ਗਰੀਬ ਪਰਿਵਾਰ ਅਦਾਲਤਾਂ ਵਿੱਚ ਧੱਕੇ ਖਾਧੇ। 18 ਸਾਲ CBI ਦੀ ਵਿਸ਼ੇਸ਼ ਅਦਾਲਤ ਨੇ ਇਹ ਕੇਸ ਸੁਣਿਆ। 1 ਦਸੰਬਰ 2014 ਨੂੰ, ਮਹਿਜ 4.5 ਸਾਲ ਪਹਿਲਾਂ, ਇਹਨਾਂ 4 ਗੁੰਡਿਆਂ ਨੂੰ ਜਿਨ੍ਹਾਂ ਨੇ ਐਕਸਟਰਾ ਜੁਡੀਸ਼ਲ ਕਿਲਿੰਗ ਕੀਤੀ, ਝੂਠਾ ਪੁਲਿਸ ਮੁਕਾਬਲਾ ਬਣਾਇਆ ਔਰ ਉਹਨਾਂ 4 ਪੁਲਿਸ ਵਾਲਿਆਂ ਨੂੰ CBI ਦੀ ਅਦਾਲਤ ਨੇ ਪਟਿਆਲਿਓਂ ਅੱਜ ਤੋਂ 4.5 ਸਾਲ ਪਹਿਲਾਂ ਉਮਰ ਕੈਦ ਕੀਤੀ। ਸਿਰਫ 4.5 ਸਾਲ ਕੱਟਣ ਤੋਂ ਬਾਅਦ ਸਿਆਸੀ ਦਬਾਅ ਇਸਤੇਮਾਲ ਕਰਕੇ, ਕਿਉਂਕਿ 3 ਅਫਸਰ UP ਦੇ ਸੀਗੇ ਔਰ ਸਾਡਾ ਇਤਲਾਹ ਅਤੇ ਸਾਡਾ ਮੰਨਣਾ ਵਾ ਕਿ ਪਿਛਲੀ ਸਰਕਾਰ ਦੇ ਹੋਮ ਮਿਨਿਸਟਰ ਰਾਜਨਾਥ ਸਿੰਘ ਉਹਨਾਂ ਦੀ ਦਬਾਅ ਦੀ ਬਦੌਲਤ ਪਹਿਲੀ ਜਿਹੜੀ ਬਾਦਲ ਦੀ ਸਰਕਾਰ ਸੀ ਉਹਦਾ ਰਮਿਸ਼ਨ ਦਾ ਕੇਸ, ਜਿਹੜੀ ਉਹਦਾ ਪਾਰਡਨ ਦਾ ਕੇਸ ਸੀ ਇਹਨਾਂ ਗੁੰਡੇ ਪੁਲਿਸ ਵਾਲਿਆਂ ਦਾ, ਇਹ 2011-2016 ਨੂੰ ਚੱਲ ਚੁੱਕਿਆ ਸੀ। ਕੱਲ੍ਹ ਸੁਖਬੀਰ ਸਿੰਘ ਬਾਦਲ ਮਗਰਮੱਛ ਦੇ ਹੰਝੂ ਵਹਾ ਕੇ ਗਏ ਨੇ, ਝੂਠ ਬੋਲ ਕੇ ਗਏ ਨੇ। ਆਹ ਸਾਰੇ ਤੱਤ ਬੋਲਦੇ ਨੇ ਕਿ ਉਹਨਾਂ ਦੀ ਸਰਕਾਰ ਦੇ ਦੌਰਾਨ ਇਹ ਸਾਰਾ ਪਾਰਡਨ ਦਾ ਕੇਸ ਮੂਵ ਹੋਇਆ ਔਰ ਸਰਕਾਰ ਛੱਡਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ 8 ਮਾਰਚ 2017 ਨੂੰ ਇਹ ਸਾਰਾ ਮਸੌਦਾ ਗਵਰਨਰ ਪੰਜਾਬ ਦੇ ਕੋਲ ਪਹੁੰਚ ਗਿਆ। ਅਸੀਂ ਗਵਰਨਰ ਸਾਹਿਬ ਨੂੰ ਇਹ ਬੇਨਤੀ ਕਰਕੇ ਆਏ ਹਾਂ ਕਿ ਹੋ ਸਕਦਾ ਤੁਹਾਨੂੰ ਕਿਸੇ ਕਾਨੂੰਨ ਨੇ ਅਧਿਕਾਰ ਦਿੱਤੇ ਹੋਣਗੇ, ਪਰ ਇਹ ਇਨਸਾਨੀਅਤ ਦਾ ਕਤਲ ਆ, ਇਹ ਮਨੁੱਖੀ ਅਧਿਕਾਰਾਂ ਦਾ ਕਹਾਣ ਆ। ਤੁਸੀਂ ਇੱਥੇ ਦੀ ਅਦਾਲਤ ਨੂੰ ਤਾਂ ਜਵਾਬਦੇਹ ਨਹੀਂ ਹੋਵੋਗੇ, ਪਰ ਉਸ ਵਾਹਿਗੁਰੂ ਪਰਮਾਤਮਾ ਈਸ਼ਵਰ ਅਤੇ ਅੱਲਾ ਦੀ ਅਦਾਲਤ ਵਿੱਚ ਜਵਾਬਦੇਹ ਜ਼ਰੂਰ ਆ। ਨਾਲ ਇਹ ਵੀ ਕਿਹਾ ਕਿ ਤੁਸੀਂ 4.5 ਸਾਲ ਬਾਅਦ ਉਹਨਾਂ ਪੁਲਿਸ ਵਾਲਿਆਂ ਦਾ ਕਾਤਲਾਂ ਨੂੰ ਛੱਡਤਾ ਜਿਹਨਾਂ ਨੂੰ CBI ਨੇ ਸਜ਼ਾ ਦਿੱਤੀ ਸੀ, ਅਤੇ ਦਰਜਨਾਂ ਸਿੱਖ ਕੈਦੀ ਜਿਹੜੇ ਪਿਛਲੇ 3-3 ਦਹਾਕਿਆਂ ਦੇ ਜੇਲ੍ਹਾਂ ਵਿੱਚ ਸੜ ਰਹੇ ਨੇ, ਗੁਰਦੀਪ ਸਿੰਘ ਖਹਿਰਾ ਵਰਗੇ, ਲਾਲ ਸਿੰਘ ਵਰਗੇ, ਦਵਿੰਦਰਪਾਲ ਸਿੰਘ ਭੁੱਲਰ ਵਰਗੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਲਈ ਕੋਈ ਰਹਿਮ ਨਹੀਂ ਹੈ ਇਸ ਦੇਸ਼ ਦੇ ਵਿੱਚ। ਉਹਨਾਂ ਦੀ ਰਾਜਪਾਲ ਸਾਹਿਬ ਨੂੰ ਕੋਈ ਰਹਿਮ ਨਹੀਂ ਆਇਆ ਔਰ ਅਫਸੋਸ ਇਸ ਗੱਲ ਦਾ ਕਿ ਰਾਜਪਾਲ ਸਾਹਿਬ ਇਸ ਕੇਸ ਨੂੰ ਨੋਰਮਲ ਰਮਿਸ਼ਨ ਦੇ ਕੇਸ ਨਾਲ ਮਿਕਸ ਕਰ ਰਹੇ ਸੀਗੇ। ਰਮਿਸ਼ਨ ਹੁੰਦੀ ਆ ਕਿ ਹਜ਼ਾਰਾਂ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਗਏ, ਉਹਨਾਂ ਦੇ ਨਕਸ਼ੇ ਬਣਦੇ ਨੇ, ਉਹਨਾਂ ਦਾ ਕੇਸ ਫੋਰਵਰਡ ਹੁੰਦਿਆਂ ਨੂੰ, ਪ੍ਰੋਸੈਸ ਹੁੰਦਿਆਂ ਨੂੰ ਕਈ ਸਾਲ ਲੱਗ ਜਾਂਦੇ ਨੇ, ਉਹ ਸੜਦੇ ਰਹਿੰਦੇ ਜੇਲ੍ਹਾਂ ਵਿੱਚ, ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੁੰਦੇ ਨੇ। ਉਹਨਾਂ ਦੀ ਸਜ਼ਾ ਅਗਰ ਉਹਨਾਂ ਨੂੰ ਕੋਈ ਰਮਿਸ਼ਨ ਦਿੱਤੀ ਜਾਂਦੀ ਆ, ਉਹ ਹੱਕ ਬਜਾਨਬ ਆ ਰਾਜਪਾਲ। ਪਰ ਇਸ ਕੇਸ ਵਿੱਚ
राजपाल हक बजानब नहीं सीगा इहदे कोलों इहनां कोलों करवाया गया। ताइयों असीं कहिंदे आ कि इह राजपाल दे दफ्तर चिट्टे हाथी ने, इह रबर स्टैंप ने, उहनां नूं ब्यूरोक्रैट्स ने, उहनां नूं पोलिटिकल जमात ने, उहनां नूं बादल दी सरकार ने, उहनां नूं कैप्टन दी सरकार ने, एडवोकेट जनरल ने, DGP सुरेश अरोड़ा ने, पता ही नहीं लगन दिता कि किहड़ा पार्डन तुहाडे कोल लै रहे। अगर इह कहिंदे आ गल उस लिहाज नाल, इसलिए साडा मनना वा कि बहुत दुखदाई, बहुत एक जिहनूं कहिंदे आ कि अनमनुखी और एक बहुत गैर संविधानक और एक परिवार नूं पीड़ित करन वाला, क्योंकि इहनां कोल तां घर भी नहीं गा। इह मोहिंदर सिंह नूं तां अंदर कल अकाली लै के बोलण भी नहीं दिता सीगा। इह अपनी गल कह के आए कि असीं बहुत धक्के खाधे अदालतां विच, 26 साल दी लड़ाई तों बाद उहनां नूं सज़ा कराई, इहनां कोल तां कुछ भी नहीं गा। इसलिए असीं राजपाल साहब नूं कह के आए हाँ, डॉक्टर साहब भी नाल सी, साडे सत्कारयोग MLAs भी नाल सीगे, असीं कह के आए कि अगर तुहाडे विच पूरा भी इंसानियत है, इस सारे अनकॉन्स्टिट्यूशनल फैसले नूं, इनह्यूमन फैसले नूं, इहनूं रिवर्स किया जाए, ये ऑर्डर नूं रिकॉल किया जाए, उन्हां बदमाशां नूं अंदर फड़ के दिता जाए। ऐ तां फिर CBI दी अदालत की भी कोई वैल्यू नहीं गी, ऐ तां फिर पंजाब ते हरियाणा हाईकोर्ट की भी कोई वैल्यू नहीं गी, जुडिशरी की भी कोई वैल्यू नहीं गी। पुलिस वाले कतल करया करनगे, गवर्नर साहब कोल आर्टिकल 161 ऑफ द कॉन्स्टिट्यूशन तहत पटीशन दिया करनगे। कैप्टन अमरिंदर सिंह ते बादलां दे वर्गे इत्थे बैठे ने पोलिटिकल रजवाड़े लोग, इन्हां बदमाशां नूं सज़ा माफ़ कर दिया करनगे। ये एक टेस्ट केस आ हिंदुस्तान की जमहूरीत का, अदालतों का। अगर इदा कातल पुलिस वाले नूं सज़ावां माफ़ करके घरां नूं भेज दिता जाएगा, लोगों का विश्वास जुडिशरी के उत्ते उठ जाएगा। ये गल असीं गवर्नर साहब नूं कहण आए हां, और उन्होंने वो परमात्मा वाहिगुरू की अदालत का भी याद कराया वा कि उत्थे सब जवाबदेह ने, यह फैसला सरासर गलत है। असी जिन्ने जोगे भी हाँ, असी सरदार मोहिंदर सिंह अते उन्हां दे परिवार की हाई कोर्ट जाण तक, सुप्रीम कोर्ट जाण तक पूरी मदद करांगे, अखीर दे दम तक लड़ांगे। और ये फैसला गवर्नर साहब, पंजाब सरकार, बादल, सुखबीर सिंह बादल इत्थे कल आया दिखावा करदा सीगा, पार्लीमेंट विच क्यों नहीं बोलिया सुखबीर सिंह बादल, हरसिमरत कौर पार्लीमेंट क्यों नहीं इस मुद्दे को उठाउंदी। अमित शाह नूं कहिंदे सी, पहले दिन रिएक्शन आया कि असीं होम मिनिस्टर नूं मिलांगे, सिर्फ राजपाल नूं मिलण दा मतलब सीगा कि पंजाब दे लोकां नूं दस दईए कि असीं बड़े पंथक हाँ, जिन्हां लोकां नूं पुलिस मुकाबलियां 'च मारिया गया सी उहनां दे रखवाले हाँ। ये सारे दिखावे दे गल सीगे, क्योंकि आह दस्तावेज दसदे ने कि सुखबीर सिंह बादल होम मिनिस्टर सी 2 नवंबर 2016 नूं, जदों ये माफ़ी का केस मूव होया। इसलिए साडा मनना वा कि ये बादल भी दोषी है, दे विच पुलिस वाले उस वक्त DGP दोषी आ, ते कैप्टन अमरिंदर सिंह की कांग्रेस सरकार, ये भारी कौमी वितकरा भी आ। जे सिख कैदी या मुसलमान कैदी या हिंदू कैदी जिन्हां दी असीं मंग कर रहे हैं, अनेक वार इत्थे सिख जथेबंदियां इत्थे लैके आईयां ने मेमोरेंडम ते डेपुटेशन, उहनां नूं तां किसे नूं छड्डिया नहीं गवर्नर साहब ने, पंजाब सरकार ने, अमरिंदर ने ते बादल ने। इन्हां नूं सिर्फ 4.5 साल की कैद कट्टण तों बाद इहदे नाल की होया वा कि पुलिस के जिहड़े कातल पुलिस वाले उन्होंने हौसले वधे ने। और यह भी नज़र आता कि एक नीति आ इंडियन स्टेट की, पंजाब के बादल के कैप्टन की नीति आ कि पुलिस वाले जिन्हें मर्जी होना सी उन्होंने जेलों चो असी माफ़ करके उन्होंने जेलों चो छड़ांगे। इसका सख्त खंडन अज की डेपुटेशन ने किया। उत्थे ही नवा पंजाब पार्टी प्रधान ते साबका सांसद डॉक्टर धर्मवीर गांधी ने कहा कि असी BP सिंह बदनौर नूं बेनती करन आए सी कि इस फैसले नूं वापस लिया जावे, ते उन्होंने सानू कोई पक्का भरोसा नहीं दिता। जिन्हें धाकियां बद्दी गरीब होंदे होए भी लड़ाई लड़ी, घर बेच के लड़ाई लड़ी है, और अपने पुत्र दे जो कातल सीगे पुलिस वाले उन्होंने सजावां दवाईयां सीगियां, और पिछली अकाली सरकार ने ते हुण वाली कांग्रेस सरकार ने सेंटर दी मिली भुगत नाल उन्हां कातलां नूं, कातल पुलिस वालियां नूं एक साजिश तहत उन्हां नूं गवर्नर कोल केस भेज के उन्हां नूं रिहा करवा दिता, जिन्हां नूं उम्र कैद हुई सी पूरी कानूनी प्रक्रिया तों बाद। ये ना सिर्फ अदालतां दा हनन है, ना सिर्फ इंसानियत दा कतल है, बल्कि संविधान दा भी कतल हैगा है कि संविधानक धारावां नूं, संविधानक प्रावधानां नूं अजिहे कम्मां वास्ते वरत्या जांदा जिहड़े कि पुलिस कातल पुलिस वालियां नूं रिहा करन वास्ते गवर्नर से दबाव पा के जां गवर्नर नूं केस रैफर करके ये किया गया है। असीं इहदी सख्त निखेधी करना इस
ਸੀਗੇ ਔਰ ਗਵਰਨਰ ਸਾਹਿਬ ਨੂੰ ਬੇਨਤੀ ਕਰਨ ਆਏ ਸੀਗੇ ਕਿ ਆਪਣੇ ਫੈਸਲੇ ਮੁੜ ਕੇ ਨਜ਼ਰਸਾਨੀ ਕਰਨ। ਉਹਨਾਂ ਨੇ ਕਿਹਾ ਕਿ ਮੈਂ ਲਾਜ਼ਮੀ ਤੌਰ 'ਤੇ ਖਾਸ ਤੌਰ 'ਤੇ ਅੱਜ ਦਾ ਪੱਖ ਸੁਣਨ ਤੋਂ ਬਾਅਦ ਜੋ ਮਜ਼ਲੂਮਾਂ ਨੇ ਆਪ ਉਹਨਾਂ ਸਾਹਮਣੇ ਦੱਸਿਆ ਹੈਗਾ ਹੈ, ਉਹਨਾਂ ਨੇ ਕਿਹਾ ਕਿ ਮੈਂ ਨਜ਼ਰਸਾਨੀ ਕਰੂੰਗਾ ਪਰ ਕੋਈ ਤਰੀਕ ਨਹੀਂ ਦਿੱਤੀ, ਕੋਈ ਪੱਕਾ ਵਿਸ਼ਵਾਸ ਨਹੀਂ ਦਿੱਤਾ ਹੈਗਾ ਹੈ। ਔਰ ਅਸੀਂ ਉਹਨਾਂ ਨੂੰ ਕਿਹਾ ਕਿ ਜਿੱਦੀ ਨਜ਼ਰਸਾਨੀ ਕਰੋਗੇ ਤਾਂ ਤੁਸੀਂ ਇੱਕ ਇਨਸਾਨੀਅਤ ਦਾ ਵੀ ਅਤੇ ਸੰਵਿਧਾਨ ਦੇ ਵੀ ਤੁਸੀਂ ਰਾਖੇ ਖਾਓਗੇ। ਔਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਨੇਕਾਂ ਲੋਕ ਖਾਸ ਤੌਰ 'ਤੇ ਜੋ ਸਿੱਖ ਨੌਜਵਾਨ ਨੇ ਜਾਂ ਸਿੱਖ ਕੈਦੀ ਨੇ ਉਹ ਆਪਣੀ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਸੜ ਰਹੇ ਨੇ। ਅਨੇਕਾਂ ਜਥੇਬੰਦੀਆਂ, ਅਨੇਕਾਂ ਲੋਕ ਅਨੇਕਾਂ ਵਾਰ ਤੁਹਾਨੂੰ ਮਿਲ ਚੁੱਕੇ ਨੇ ਕਿ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ। ਜੇ ਇਹਨਾਂ ਪੁਲਿਸ ਵਾਲੇ ਕਾਤਲਾਂ ਨੂੰ ਰਿਹਾਅ ਕੀਤਾ ਜਾ ਸਕਦਾ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਆਪਣੀਆਂ ਕੈਦਾਂ ਭੁਗਤ ਚੁੱਕੇ ਨੇ ਫਿਰ ਜੇਲ੍ਹਾਂ ਰੁਲਦੇ ਪਏ ਨੇ ਉਹਨਾਂ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ ਹੈਗਾ। ਅਤੇ ਉਹਨਾਂ ਨੇ ਇਸ ਬਾਰੇ ਕੋਈ ਤਸੱਲੀਯੋਗ ਜਵਾਬ ਨਹੀਂ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਮੈਂ ਤਾਂ ਸਰਕਾਰ ਦੀ ਰੈਕਮੈਂਡੇਸ਼ਨ 'ਤੇ ਕੰਮ ਕਰਨਾ ਹੈਗਾ। ਇਸ ਦਾ ਮਤਲਬ ਹੈ ਕਿ ਸਰਕਾਰ ਵੱਲੋਂ ਇਹਨਾਂ ਵਾਸਤੇ ਰੈਕਮੈਂਡੇਸ਼ਨ ਆ ਗਈ ਕਿ ਇਹਨਾਂ ਚਾਰ ਪੁਲਿਸ ਕਾਤਲਾਂ ਨੂੰ ਜਿਨ੍ਹਾਂ ਨੇ ਬੱਚੇ ਦਾ ਨੌਜਵਾਨ ਦਾ ਕਤਲ ਕੀਤਾ ਹੈਗਾ ਹੈ, ਦਲਿਤ ਨੌਜਵਾਨ ਦਾ ਕਤਲ ਕੀਤਾ ਹੈਗਾ, ਪਰ ਉਹਨਾਂ ਲੋਕਾਂ ਬਾਰੇ ਕੋਈ ਸਿਫਾਰਿਸ਼ ਨਹੀਂ ਹੋਈ ਪੰਜਾਬ ਸਰਕਾਰ ਵੱਲੋਂ, ਨਾ ਬਾਦਲ ਸਰਕਾਰ ਵੱਲੋਂ, ਨਾ ਕਾਂਗਰਸ ਸਰਕਾਰ ਵੱਲੋਂ। ਜਿਹਨਾਂ ਨੇ ਆਪਣੀ ਜੇਲ੍ਹਾਂ ਭੁਗਤ ਲਈਆਂ, ਕੈਦਾਂ ਭੁਗਤ ਲਈਆਂ, ਪੂਰੀ ਕਾਨੂੰਨੀ ਪ੍ਰਕਿਰਿਆ ਪੂਰੀ, ਅਜੇ ਵੀ ਜੇਲ੍ਹਾਂ ਅੰਦਰ ਸੜਦੇ ਪਏ ਨੇ, ਬੁਢਾਪੇ 'ਚ ਪਹੁੰਚ ਚੁੱਕੇ ਨੇ, ਦਿਮਾਗੀ ਤੌਰ 'ਤੇ ਵੀ ਕਈ ਆਪਣਾ ਤਵਾਜ਼ਨ ਗੁਆ ਚੁੱਕੇ ਨੇ, ਉਹਨਾਂ ਬਾਰੇ ਕੋਈ ਸਿਫਾਰਿਸ਼ ਨਹੀਂ ਕੀਤੀ। ਇਸ ਤੋਂ ਪਤਾ ਚੱਲਦਾ ਹੈ ਕਿ ਸਿਸਟਮ ਕਿੰਨਾ ਨਕਾਰਾ, ਕਿੰਨਾ ਗੈਰ ਇਨਸਾਫੀ ਵਾਲਾ, ਕਿੰਨਾ ਮਤਲਬ ਜ਼ਾਲਮ ਹੈਗਾ ਹੈ ਕਿ ਇੱਕ ਗਰੀਬ ਨੂੰ, ਇੱਕ ਗਰੀਬ ਦਲਿਤ ਪਰਿਵਾਰ ਨੂੰ, ਉਹਨੂੰ ਇਨਸਾਫ ਜਿਹਨੂੰ ਮਸਾ ਇਨਸਾਫ ਮਿਲਿਆ ਸੀਗਾ ਉਸਦਾ ਇਨਸਾਫ ਵੀ ਖੋਲਿਆ ਗਿਆ ਔਰ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਮੁੜ ਕੇ ਤਾਇਨਾਤ ਕਰ ਦਿਆ, ਜਿਹੜਾ ਕਿ ਅਜਿਹੇ ਕਾਰਨਾਮਿਆਂ ਵਾਸਤੇ ਪੁਲਿਸ ਦੇ ਹੌਸਲੇ ਵੀ ਬੁਲੰਦ ਕਰੂਗਾ ਔਰ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਉਹਨੂੰ ਵੀ ਮਜ਼ਾਕ ਬਣਾ ਕੇ ਰੱਖ ਦਊਗਾ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਫੇਕ ਐਨਕਾਊਂਟਰ ਦਾ ਮਾਮਲਾ ਇੱਕ ਵਾਰ ਫਿਰ ਪੱਕ ਚੁੱਕਿਆ, ਜਿੱਥੇ ਸਿਆਸੀ ਲੀਡਰਾਂ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।